ਕਿਆ ਬਾਤ ਹੈ ਆ ਬੈਠੇ ਆਪਣੇ ਭਾਜੀ ਆ ਡਿਜ਼ਾਈਨ ਚੂਜ਼ ਕੀਤਾ ਦੇਖੋ ਆਪਾਂ ਡਿਜ਼ਾਈਨ ਲਾ ਕੇ ਰੈਡੀ ਆਪਣਾ ਅਕਸ਼ੇ ਰੈਡੀ ਆ ਸੁਈਆਂ ਮਾਰਨ ਨੂੰ ਜੁਲਮ ਹੋਈ ਮੇਰੇ ਨਾਲ ਛੱਡਦੇ ਨੇ ਛੱਡਦੇ ਮੈਨੂੰ ਬਦਲ ਤਾਂ ਹੀ ਜਾਂਦਾ ਜੋਰ ਸਾਹਿਬ ਕਰੇ ਬਸ ਬਸ ਉਹ ਹੋ ਗਿਆ ਵਾ ਉਹ ਬਸ ਫਰੰਟ ਵੀਡੀਓ ਜੀ ਬਸ ਯਾਰ ਹੱਸਦੇ ਦੇਖੋ ਧੱਕਾ ਕਰ ਕਰ ਕੇ ਮੈਂ ਨਾਲ ਦੇਖੋ ਦੇਖੋ ਸਮਾਈਲ ਦੇਖੋ ਜੀ हेलो फ्रेंड्स ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਭ ਠੀਕ ਠਾਕ ਸੋ ਬੈਕ ਅਗੇਨ ਵਿਦ ਅ ਨਿਊ ਵੀਡੀਓ ਤੋ ਸਾਰੇ ਥੰਬਨੇਲ ਤੇ ਟਾਈਟਲ ਦੇ ਕੇ ਸਮਝ ਗਏ ਹੋਵੋਗੇ ਹਾਂ ਸਹੀ ਕਿ ਆਪਾਂ ਚੱਲੇ ਆ ਟੈਟੂ ਬਣਵਾਉਣ ਮਤਲਬ ਤੁਸੀਂ ਦੇਖੇ ਹੋਣੇ ਮੈਂ ਇੱਕ ਟੈਟੂ ਬਾਂਹ ਤੇ ਬਣਾਇਆ ਸੀਗਾ ਸੈਕਿੰਡ ਮੈਂ ਧੋਣ ਤੇ ਬਣਵਾਇਆ ਸੀ ਤੁਹਾਨੂੰ ਧੋਣ ਵਾਲਾ ਤੁਹਾਨੂੰ ਨਹੀਂ ਪਤਾ ਹੋਣਾ ਜੇ ਤੁਸੀਂ ਸ਼ੋਰ ਦੇਖਣ ਤਾਂ ਪਤਾ ਹੋਊਗਾ ਧੋਣ ਤੇ ਬਣਵਾਇਆ ਸੀਗਾ ਹੁਣ ਮੈਂ ਤੀਜਾ ਟੈਟੂ ਬਣਾਉਣ ਚੱਲਾਂ ਉਹ ਹੈਗਾ ਮੇਰਾ ਦੋਸਤ ਹੈਗਾ ਮਤਲਬ ਕਿ ਅਸੀਂ ਅੰਮ੍ਰਿਤਸਰ 'ਚ ਮੇਰਾ ਦੋਸਤ ਬਣਾਇਆ ਟੈਟੂ ਕੰਮ ਕਰਦਾ ਉਹਦੇ ਕੋਲ ਚੱਲੇ ਹਾਂ ਆਪਾਂ ਅਤੇ ਚੱਲਦੇ ਹਾਂ ਆਪਾਂ ਉਹਦੇ ਕੋਲ ਅਤੇ ਸੋਚਦੇ ਹਾਂ ਜੇ ਮੈਂ ਸੋਚ ਤਾਂ ਰੱਖਿਆ ਹੋਇਆ ਸੀ ਮੈਂ ਬਾਂਹ 'ਤੇ ਕੀ ਬਣਵਾਉਣਾ ਮੈਂ ਅਤੇ ਜਾ ਕੇ ਦੇਖਦੇ ਜੇ ਕੋਈ ਹੋਰ ਡਿਜ਼ਾਈਨ ਵਗੈਰਾ ਮਿਲਦਾ ਜਾਂ ਕੁਛ ਮਿਲਦਾ ਆਪਾਂ ਉਹ ਲਾ ਕੇ ਦੇਖਦੇ ਹਾਂ ਅਤੇ ਹੁਣ ਚੱਲਦੇ ਆਪਾਂ ਘਰੇ ਮਿਲਦੇ ਹਾਂ ਉਹਦੇ ਹਾਂਜੀ ਦੇਖੋ ਜੀ ਆਪਾਂ ਪਹੁੰਚ ਗਏ ਆਪਣੇ ਭਰਾ ਕੋਲ ਅਰਸ਼ ਰਾਮਗੜੀਆ ਦੇਖੋ ਜੀ ਬਾਈ ਨੇ ਸਟੂਡੀਓ ਕਰ ਰੱਖਿਆ ਆਪਦਾ ਘਰੇ ਨਿਗਾਹ ਜਿਹਾ ਬੜਾ ਕਿਊਟ ਜਿਹਾ ਕਰ ਰੱਖਿਆ ਮੈਨੂੰ ਬੜਾ ਵਧੀਆ ਲੱਗਿਆ ਯਾਰ ਇਹਦੇ ਸਾਰਾ ਪਰਸਨਲੀ ਮੈਨੂੰ ਬੜਾ ਵਧੀਆ ਲੱਗਾ ਸਟੂਡੀਓ ਦਾ ਤੁਹਾਨੂੰ ਸੂਰਤ ਚੰਗੇ ਦਿਖਾਉਣਾ ਮੈਂ ਚੱਕੋ ਦੇਖੋ ਕਿਆ ਬਾਤ ਹੈ ਆ ਬੈਠੇ ਆਪਣੇ ਭਾਜੀ ਆ ਡਿਜ਼ਾਈਨ ਚੂਜ਼ ਕੀਤਾ ਦੇਖੋ ਆਪਾਂ ਪੀਓਨ ਵਾਸਤੇ ਵੈਸੇ ਭਾਜੀ ਦੱਸੋ ਕੀ ਸੋਚ ਕੇ ਡਿਜ਼ਾਈਨ ਆਪਦੇ ਮਨ 'ਚ ਪਾਇਆ ਸਟੋਰੂਮ ਸੀ ਡਿਜ਼ਾਈਨ ਕੀਤਾ ਅੱਛਾ ਸਟੋਰੂਮ ਸੀਗੇ ਹਾਂਜੀ ਹਾਂਜੀ ਯਾਰ दिमागी होंगे ने कुछ मर्जी कर सकते टैटू शुरू करांगे पाजी पर दर्द ना करियो टैटू मेहरबानी आखिरी पूछनी पर दर्द नहीं करनी पर दर्द तो होगी जी गल पर आप चीट होकर बैठना जी गल पूरा चिकना कढ़ना फेस हो गया बाह हो गया जो मर्जी चिकना कढ़ लो समझ गए ना सिस्का वाले प्रमोशन ਤੁਹਾਡੇ ਨਾਤੇ ਆ ਸਾਡੇ ਮੈਰ ਤੇ ਜਰੂਰ ਪਾ ਲਿਓ ਸਿਸਕਾ ਦੇ ਵੀ ਆਹ ਮੈਂ ਵੀ ਸਿਸਕਾ ਦਾ ਲੈ ਕੇ ਆ ਪਰ ਉਹ ਦੂਜਾ ਹੈ ਇਹ ਚਿਕਨਾ ਕੱਢਣ ਵਾਲਾ ਹੋ ਗਿਆ ਉਹ ਮਰਦਾਨਾ ਹੋ ਗਿਆ ਮਰੇ ਮੰਡਲਾ ਛੱਡ ਰਿਹਾ ਆ ਦੇਖੋ ਜਿਵੇਂ ਸਮੂਥ ਸ਼ੇਡਿੰਗ ਸ਼ੇਡਿੰਗ ਨਹੀਂ ਪੂਰੀ ਉਹ ਪਤਾ ਨਹੀਂ ਲੱਗਦਾ ਵਾਰ ਤੇ ਹੈਗੇ ਨੇ ਕੰਪੇਅਰ ਕੰਪੇਅਰ ਕਰੋ ਦੋਨੇ ਨੇ ਚਿੱਟੀ ਬਾਦਰ ਕਾਲੀ ਬਾ ਧਿਆਨ ਨਾਲ ਤਾਂ ਦਿਖਨੇ ਨਹੀਂ ਹੋਣਾ ਆਪਣੀ ਬਾਹ ਚਿੱਟੀ ਕਰਨੀ ਹੋਵੇ ਸ਼ੇਵ ਕਰ ਲਓ ਜਿਵੇਂ ਪੂਰਾ ਪੂਰਾ ਚਿਕਨਾ ਆਪਣਾ ਡਿਜ਼ਾਈਨ ਰੈਡੀ ਹੈ ਸਟੈਂਸਲ ਹੋ ਚੁੱਕਿਆ ਹੈ ਨਹੀਂ ਬਣਾ ਭਾਜੀ ਡਿਜ਼ਾਈਨ ਆਪਣਾ ਆ ਚੱਕੋ ਭਾਈ ਆ ਡਿਜ਼ਾਈਨ ਰੈਡੀ ਆਪਣਾ ਸਟੈਂਸਲ ਹੋ ਚੁੱਕਿਆ ਹੁਣ ਆਪਾਂ ਲਾਵਾਂਗੇ ਇੱਥੇ ਪੀੜ ਸਾਵਾਂਗੇ ਪਰ ਆਪਾਂ ਦੱਸਣਾ ਨਹੀਂ ਕਿ ਸਾਨੂੰ ਪੀੜ ਹੁੰਦੀ ਹੈ ਟੀਟ ਹੋ ਕੇ ਬੈਠਣਾ ਆਪਾਂ ਭਾਜੀ ਰੈਡੀ ਹੋ ਰਹੇ ਨੇ ਹੁਣ ਦੇਖੋ ਆਪਰੇਸ਼ਨ ਨਹੀਂ ਕਰਨਾ ਮਤਲਬ ਟੈਟੂ ਬਣਾਉਣਾ ਆਪਰੇਸ਼ਨ ਵਾਲਾ ਕੰਮ ਹੀ ਲੱਗਦਾ ਬਟ ਇਹ ਆਪਰੇਸ਼ਨ ਵਾਲਾ ਖਤਰਨਾਕ ਕੰਮ ਹੈ ਆ ਉਹ ਚੀ ਬਸ ਸੂਈਆਂ ਮਾਰਨੀਆਂ ਵੱਢਣਾ ਹੁੰਦਾ ਤੇ ਬਸ ਸੂਈਆਂ ਮਾਰ ਕੇ ਡਿਜ਼ਾਈਨ ਬਣਾਉਣਾ ਹੁੰਦਾ ਬਸ ਥੋੜੇ ਜਿਹੇ ਫਰਕ ਨੇ ਥੋੜਾ ਫਰਕ ਹੈ ਕੋਈ ਨਹੀਂ ਕਹਿੰਦੇ ਨੇ ਬੰਦਾ ਚੰਦ ਤੱਕ ਪਹੁੰਚ ਜੂ ਅਸੀਂ ਡਾਕਟਰ ਲੈਣ ਤੱਕ ਪਹੁੰਚ ਜਾਾਂਗੇ ਥੋੜੀ ਕਰ ਕਰਕੇ ਮੈਨੂੰ ਕਹਿੰਦੇ ਕਿ ਤੁਸੀਂ ਭਾਜੀ ਮੈਡੀਕਲ ਦੀ ਤੁਹਾਨੂੰ ਬੜੀ ਨੌਲੇਜ ਆ ਤੁਸੀਂ ਡਾਕਟਰ ਦੀ ਵੀ ਨਹੀਂ ਲਾਈਨ ਜੁਆਇਨ ਕੀਤੀ ਮੈਂ ਭਰਾ ਟੈਟੂ ਦੀ ਨੌਲੇਜ ਮੈਡੀਕਲ ਦੀ ਡਾਕਟਰ ਨਾਲ ਘੱਟ ਨਹੀਂ ਹੈਗਾ ਤੇ ਉਹ ਹੀ ਦਸਤਾਨੇ ਪਾ ਕੇ ਸੁਣ ਜੀਆਂ ਲਾ ਕੇ ਰੈਡੀ ਆਪਣਾ ਆਟਸ਼ੇ ਰੈਡੀ ਆ ਸੁਈਆਂ ਮਾਰਨ ਨੂੰ ਆਪਾਂ ਦੁੱਖ ਸਾਨੂੰ ਰੈਡੀ ਆ ਕੋਈ ਨਹੀਂ ਡਿਜ਼ਾਈਨ ਆਪਣਾ ਦੇਖੋ ਕਮੈਂਟ ਕਰ ਦੱਸੋ ਕਿਵੇਂ ਲੱਗਾ ਜੇ ਬਣਾਉਣਾ ਕਿਸੇ ਨੇ ਆਪਣਾ ਬਾਈ ਜੀ ਡੈਡੀ ਨੇ ਜਦ ਮਰਜ਼ੀ ਆਓ ਆਪਣੇ ਬਾਈ ਜੀ ਵੀ ਟੈਟੂ ਆਰਟਿਸਟ ਨੇ A few moments later ਜਿਹੜਾ ਪਰ ਆਵਾਣਾ ਕਰੀਏ ਇਹ ਨਹੀਂ ਤੂੰ ਖੜੀ ਵੇਸਟ ਹੋਣੀ ਹੈ ਕੋਈ ਚੱਕਰ ਨਹੀਂ ਦੱਬ ਪੜਾ ਹੀ ਜਾਏਗੀ ਕਿਤੇ ਮੇਰੇ ਨਾਲ ਜਲਮ ਹੋਈ ਦੇਖੋ ਜੁਲਮ ਹੋਈ ਮੇਰੇ ਨਾਲ ਛੱਡਦੇ ਨੇ ਛੱਡਦੇ ਮੈਨੂੰ ਬਦਲ ਤਾਂ ਹੀ ਜਾਂਦਾ ਦੇਖੋ ਛੱਡਦੇ ਨੇ ਪਹਿਲਾਂ ਮੈਨੂੰ ਛੱਡਦੇ ਭਰਾ ਮੈਨੂੰ ਮੈਂ ਘਰੇ ਜਾਣਾ ਮੈਂ ਮੰਮੀ ਡਿੱਗਦੀ ਆ ਟਾਈਮ ਕਿੰਨਾ ਹੋ ਗਿਆ ਸਵਾ ਦਸ ਅਸੀਂ ਆਏ ਸੀਗੇ ਘਰੋਂ ਚਾਰ ਵਜੇ ਤੁਰੇ ਸੀਗੇ ਚਾਰ ਵਜੇ ਤੁਰੇ ਹੁਣ ਇਸ ਟਾਈਮ ਸਵਾ ਦਸ ਹੋ ਗਏ
टैटू टाइम लग गया थोड़ा आगे थोड़ा गला बात मारे तो टाइम लग गया बाकी तुम पता एडा वा बना टाइम लग ही जाता है भरा होली तू तो लग ही बस हो गया वा बस ब्रांड मेरे बस यार बस हो गया मेरा तो बस हो गई गल कोर्ट तक जाऊ हाई कोर्ट तक धक्का किया मेरे नाल फाइनली तैयार हो गया मेरे वालों तो तैयार हो गया आप देखो धक्का कर करके मैं ना देखो देखो मैं देखो जी देखो इन्ना जुलम करके हसी जाते मेरे दे देखो जी कंप्लीट हो गया बड़ा आर्टिस्ट ने जुलम बहुत किया मेरे नाल करो रैप चलिए करो करी टाइम 10:30 हो चले आ 4 बजे के आए 4 बजे से 10:30 हो गए कोई नहीं होता होता हाँ जी देखो जी टैटू बना के आप आ गए टाइम इस टाइम 10:45 हो गए रोड देखो खाली है बट इन्ना ट्रैफिक नहीं कह सकते अपना थोड़े मोटे है जो थोड़े मोटे खाल दिखते पे ने बट जो आ रूट है ना बस स्टैंड वाला आ लाइटिंग करके इन्ना ज्यादा सोहना लगता है ना बहुत देखो कि सोहना लगी लाइटिंग करके आ क्योंकि एक ट्रैफिक है नहीं ट्रैफिक घट है पहली गल तो आ करके देखो कि सोहना लगी जाता है आ मैं लगता कल मतलब अच्छ मीह ताजा पे लगता है पर कल का मीह पिया वो पानी इकट्ठा होया देखो आ देखो लाइटिंग ना आ देखो चेंज होगी ये चेंज होती रहती कद मल्टी कलर आ जाती है कद रंग बन के कि आ जाती है कि सोहन लगती है चलो वधिया बाकी बाकी हम आप चलते अपने घरे टाइम बहुत ज़्यादा हो गया एक ना ठंड भी बहुत ज़्यादा हुई पी है बहुत ठंड लगी तो करके अभी अच्छे सिर्फ 30 स्पीड जाइए जाने ठंड बहुत लगी जाती है इन्ना ठंडा मौसम हो गया तो कोई नहीं हम आप चलते घरे अपनी वीडियो से एंडिंग करते हैं लाइक करो शेयर करो चैनल करो सब्सक्राइब मिलते हैं नेक्स्ट व्लॉग ओके बाय।